ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੈਂ ਇੰਦਰਵੀਰ ਸਿੰਘ, ਬੰਗਾ ਡਿਸਟ੍ਰਿਕਟ ਨਵਾਂ ਸ਼ਹਿਰ ਤੋਂ। ਅੱਜ ਸਾਡੇ ਨਾਲ ਅੰਮ੍ਰਿਤਪਾਲ ਸਿੰਘ ਜੀ ਨੇ। ਇਹ ਸਾਡੀ ਜਗਤਜੀਤ ਕੰਪਨੀ ਦੀ ਤੂੜੀ ਵਾਲੀ ਮਸ਼ੀਨ ਪਿਛਲੇ 3 ਸਾਲ ਤੋਂ ਯੂਜ਼ ਕਰ ਰਹੇ ਨੇ, ਅਤੇ ਆਓ ਸੁਣਦੇ ਹਾਂ ਜੀ ਇਹਨਾਂ ਦਾ ਐਕਸਪੀਰੀਅੰਸ। ਤੁਹਾਡਾ ਐਕਸਪੀਰੀਅੰਸ? ਸਤਿ ਸ਼੍ਰੀ ਅਕਾਲ ਕਹਿੰਦਾ ਸਾਰਿਆਂ ਨੂੰ। ਇਹ ਮੈਨੂੰ 3 ਸਾਲ ਹੋ ਗਏ ਆ ਜਗਤਜੀਤ ਦੀ ਮਸ਼ੀਨ ਚਲਾਉਂਦੇ ਆ, ਅਤੇ ਪਹਿਲੇ ਨੰਬਰ 'ਤੇ ਪਹਿਲੇ ਸਾਲ ਤੋਂ ਹੀ ਮੈਨੂੰ ਮੇਰੇ ਕੰਮ ਵਿੱਚ ਘੱਟੋ ਘੱਟ 75 ਤੋਂ ਲੈ ਕੇ 100 ਟਰਾਲੀਆਂ ਦਾ ਫਰਕ ਪਿਆ। ਜੋ ਰਿਪਰ ਅਸੀਂ 300 ਬਣਾਉਂਦੇ ਜਾਂ 325 ਬਣਾਉਂਦੇ ਸੀ, ਉਹ 400 ਤੋਂ ਲੈ ਕੇ 450 ਤੱਕ ਸਾਡੇ ਪਹੁੰਚ ਗਈ ਕੰਮ ਦੀ ਗਰੰਟੀ ਦੀ, ਕਿਉਂਕਿ ਬਹੁਤ ਛੇਤੀ ਕੰਮ ਕਰ ਰਹੀ ਆ, ਟਰੈਕਟਰ 'ਤੇ ਲੋਡ ਕਰਦੇ ਆ। ਅਤੇ ਜੋ ਸਾਨੂੰ ਇਹ ਸਰਵਿਸ ਦੀ ਵੀ, ਇਹਦੇ ਜਿਹੜਾ ਕੰਮ ਮਤਲਬ ਰਿਪੇਅਰ ਕਰਨ ਦੇ ਸਾਨੂੰ 2 ਦਿਨ ਲੱਗਦੇ ਆ, ਜਿਹੜੇ ਕੰਮ ਇਹਦੇ ਰਿਪੇਅਰ ਕਰਨ ਨੂੰ ਸਿਰਫ 1 ਦਿਨ ਲੱਗਦਾ ਹੈ। ਪ੍ਰੈਸ਼ਰ ਦਾ ਕੰਮ ਬਹੁਤ ਵਧੀਆ। ਫਿਰ ਜੇ ਕੋਈ ਪ੍ਰੋਬਲਮ ਆਉਂਦੀ ਵੀ ਆ ਕੰਪਨੀ ਵੱਲੋਂ, ਸਰਵਿਸ ਬਹੁਤ ਵਧੀਆ, ਇੱਕ ਫੋਨ ਕਾਲ 'ਤੇ ਸਾਨੂੰ ਪੂਰੀ ਅਟੈਨਸ਼ਨ ਦਿੰਦੇ ਆ ਕਿ ਹਾਂ ਅਸੀਂ ਪਹੁੰਚ ਕੇ ਇਹਨਾਂ ਦੀ ਪ੍ਰੋਬਲਮ ਸੋਲਵ ਕਰੀਏ। ਜਿਸ ਤਰ੍ਹਾਂ ਕਹਿੰਦੇ ਕਿ ਸਾਰੀ ਮਸ਼ੀਨਾਂ ਨਾਲੋਂ ਬਹੁਤ ਰੈਲੀ ਚੱਲਦੀ ਹੈ, ਤੁਹਾਡੇ ਦੇ ਬਾਰੇ ਕੀ ਕਹਿਣਾ ਚਾਹੀਦਾ? ਕਿ ਜਿਹੜਾ ਸਾਡੇ ਕੰਮ ਵਧਣ ਦਾ ਕਾਰਨ ਆ ਉਹ ਇਹੀ ਆ, ਜਿਹੜੀ ਅਸੀਂ ਸਵੇਰੇ ਟਾਈਮ ਨਾਲ ਚਲਾ ਸਕਦੇ ਇਹਨੂੰ ਰੈਲੀ ਚੱਲਣ ਕਰਕੇ, ਇਹ ਗਿੱਲਾ ਨਾਲ ਵੀ ਜਦੋਂ ਮਤਲਬ ਕਹਿ ਲਓ ਵੀ ਥੋੜ੍ਹੀ ਤਰੇਲ ਵੀ ਹੁੰਦੀ ਆ, ਅਸੀਂ 7 ਤੋਂ 7:15 ਵਜੇ ਤੱਕ ਮਸ਼ੀਨ ਖੇਤ ਵਿੱਚ ਲੈ ਜਾਂਦੇ ਹਾਂ। ਤੁਸੀਂ ਆਪਣੇ ਕਿਸਾਨ ਭਰਾਵਾਂ ਨੂੰ ਗਾਹ ਰਿਕਮੈਂਡ ਕਰੋਗੇ ਕਿ ਹਾਂਜੀ ਜਗਤਜੀਤ ਦੀ ਮਸ਼ੀਨ ਲੈਣ? ਹਾਂਜੀ ਬਿਲਕੁਲ, ਜੇ ਕੰਮ ਜ਼ਿਆਦਾ ਕਰਨਾ ਚਾਹੁੰਦੇ ਨੇ ਅਤੇ ਵਧੀਆ ਕਰਨਾ ਚਾਹੁੰਦੇ ਨੇ ਤਾਂ ਬਿਲਕੁਲ ਇਹ ਮਸ਼ੀਨ ਲਈ ਜਾਓ। ਬਹੁਤ ਬਹੁਤ ਸ਼ੁਕਰੀਆ ਸਿੰਘ ਸਾਹਿਬ।